welcom to my youtube channel hian art and education aaj da saada vishay hai kriya visheshan kriya visheshan di paribhasha jehda shabd kriya di visheshta pragat karan arthat kriya da samang tang sthan adi das ke us nu vishesh banaunda hai ਉਹਨਾਂ ਨੂੰ ਕਿਰਿਆ ਵਿਸ਼ੇਸ਼ਣ ਆਖਦੇ ਹਨ ਜਿਵੇਂ RAM ਤੁਰਦਾ ਹੈ ਸੋਨੂ ਲਿਖਦਾ ਹੈ ਮਾਤਾ ਜਾਂਦੀ ਹੈ ਗੱਡੀ ਜਾ ਰਹੀ ਹੈ RAM ਤੇਜ਼ ਤੁਰਦਾ ਹੈ ਸੋਨੂ ਸੁੰਦਰ ਲਿਖਦਾ ਹੈ ਮਾਤਾ ਹੌਲੀ-ਹੌਲੀ ਜਾਂਦੀ ਹੈ ਗੱਡੀ ਧੀਮੀ ਚਾਲ ਨਾਲ ਜਾ ਰਹੀ ਹੈ ਉਪਰੋਕਤ ਵਾਕਾਂ ਵਿੱਚ ਅਸੀਂ ਦੇਖਿਆ ਹੈ ਕਿ ਤੇਜ, ਸੁੰਦਰ, ਹੌਲੀ-ਹੌਲੀ, ਧੀਮੀ ਚਾਲ ਆਦਿ ਸ਼ਬਦਾਂ ਨੇ ਤੁਰਦਾ, ਲਿਖਦਾ, ਜਾਂਦੀ, ਜਾ ਰਹੀ ਹੈ ਨੂੰ ਆਮ ਤੋਂ ਖਾਸ ਬਣਾ ਦਿੱਤਾ ਹੈ ਇਸ ਕਰਕੇ ਇਹ ਸ਼ਬਦ ਕਿਰਿਆ ਵਿਸ਼ੇਸ਼ਣ ਅਖਵਾਉਂਦੇ ਹਨ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਕਿਰਿਆ ਵਿਸ਼ੇਸ਼ਣ 8 ਪ੍ਰਕਾਰ ਦੇ ਹੁੰਦੇ ਹਨ ਕਾਲਵਾਚਕ ਕਿਰਿਆ ਵਿਸ਼ੇਸ਼ਣ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਮਿੰਨਤੀਵਾਚਕ ਕਿਰਿਆ ਵਿਸ਼ੇਸ਼ਣ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ निर्णीवाचक क्रियाविशेषण कारणवाचक क्रियाविशेषण निश्चयवाचक क्रियाविशेषण कालवाचक क्रियाविशेषण जिस क्रिया विशेषण ਤੋਂ ਕਿਰਿਆ ਦੇ ਕੰਮ ਹੁੰਦੇ ਹੋਣ ਦੇ ਸਮੇਂ ਦਾ ਪਤਾ ਲੱਗਦਾ ਹੈ ਉਸ ਨੂੰ ਕਾਲਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਨ ਜਿਵੇਂ ਅੱਜ ਕੱਲ ਪਰसों ਸਵੇਰੇ ਹਰ ਸਾਲ ਆਦੀ ਉਦਾਹਰਣ ਮੋਹਨ ਸਵੇਰੇ ਹੀ ਆ ਗਿਆ ਸੀ ਹੁਣ ਮੇਰੀ ਵਾਰੀ ਹੈ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਉਹ ਕਿਰਿਆ ਵਿਸ਼ੇਸ਼ਣ ਜੋ ਕਿਸੇ ਕਿਰਿਆ ਦੇ ਕੰਮ ਦਾ ਸਥਾਨ ਦੱਸਣ ਉਹਨਾਂ ਨੂੰ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਨ ਜਿਵੇਂ ਉੱਤੇ ਹੇਠਾਂ ਅੰਦਰ ਇੱਧਰ ਕਿੱਥੇ ਦੂਰ ਨੇੜੇ ਆਦਿ ਉਦਾਹਰਣ ਬਰਾਤ ਬਾਹਰ ਹੀ ਖੜੀ ਸੀ ਅਸੀਂ ਹੇਠਾਂ ਬੈਠ ਕੇ ਰੋਟੀ ਖਾਂਦੇ ਹਾਂ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਉਹ ਕਿਰਿਆ ਵਿਸ਼ੇਸ਼ਣ ਜੋ ਕਿਸੇ ਕਿਰਿਆ ਦੇ ਕੰਮ ਦਾ ਢੰਗ ਦੱਸਦੇ ਹਨ ਉਹਨਾਂ ਨੂੰ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਨ ਜਿਵੇਂ ਇੰਜ ਉੰਜ ਇਦਾਂ ਉਦਾਂ ਹੁੰਦਾ ਜਿਵੇਂ ਕਿਵੇਂ ਹੌਲੀ ਧੀਰੇ ਸਹਜੇ ਛੇਤੀ ਆਦਿ ਉਦਾਹਰਣ ਬੁੱਢਾ ਹੌਲੀ ਹੌਲੀ ਤੁਰਦਾ ਹੈ ਬੱਚਾ ਉੱਚੀ ਉੱਚੀ ਰੋ ਰਿਹਾ ਹੈ ਮਿੰਤੀਵਾਚਕ ਜਾਂ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ ਜਿਹੜੇ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਪਰਿਮਾਣ ਮਿੰਤੀ ਦਾ ਪਤਾ ਲੱਗੇ ਉਹਨਾਂ ਨੂੰ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ ਆਖਿਆ ਜਾਂਦਾ ਹੈ ਜਿਵੇਂ ਥੋੜਾ ਬਹੁਤਾ ਜਿੰਨਾ ਇੰਨਾ ਕਿੰਨਾ ਸਾਰਾ ਘੱਟ ਜਰਾ ਕੁ ਆਦਿ ਮੇਰੇ ਕੋਲ ਬਹੁਤ ਪੈਸੇ ਹਨ ਮੈਨੂੰ ਥੋੜਾ ਜਿਹਾ ਆਟਾ ਚਾਹੀਦਾ ਹੈ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਜਿਹੜਾ ਕਿਸੇ ਕਿਰਿਆ ਦੀ ਗਿਣਤੀ ਸੰਖਿਆ ਜਾਂ ਵਾਰੀ ਦੱਸਣ ਉਹਨਾਂ ਨੂੰ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਨ ਜਿਵੇਂ ਇੱਕ ਵਾਰ ਕਈ ਵਾਰ ਦੁਬਾਰਾ ਵਾਰ ਵਾਰ ਘੜੀ ਮੁੜੀ ਇਕਹਿਰੀ ਆਦਿ ਉਦਾਹਰਣ ਮੈਂ ਵਾਰੀ ਵਾਰੀ ਕੰਮ ਨਹੀਂ ਕਰ ਸਕਦੀ ਮੈਂ ਇੱਕ ਵਾਰੀ ਹੀ ਕੰਮ ਕਰਾਂਗੀ ਨਿਰਣੇਵਾਚਕ ਕਿਰਿਆ ਵਿਸ਼ੇਸ਼ਣ ਉਹ ਕਿਰਿਆ ਵਿਸ਼ੇਸ਼ਣ ਜਿਹੜੇ ਕਿਸੇ ਕਿਰਿਆ ਵਿਸ਼ੇਸ਼ਣ ਦੇ ਹੋਣ ਜਾਂ ਨਾ ਹੋਣ ਕੀਤੇ ਜਾਣ ਜਾ ਨਾ ਕੀਤੇ ਜਾਣਾਰੇ ਹੈ ਦੇ ਰੂਪ ਵਿੱਚ ਕੋਈ ਸੂਚਨਾ ਦੇਣ ਉਹਨਾਂ ਨੂੰ ਨਿਰਣੇਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਨ ਜਿਵੇਂ ਹਾਂ ਨਾ ਹਾਂਜੀ ਆਹੋਜੀ ਚੰਗਾ ਜੀ ਜਰੂਰ ਠੀਕ ਆਦਿ ਉਦਾਹਰਣ ਮੈਂ ਕੱਲ ਸਕੂਲ ਨਹੀਂ ਜਾਣਾ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਉਹ ਕਿਰਿਆ ਵਿਸ਼ੇਸ਼ਣ ਜੋ ਕਿਸੇ ਕਿਰਿਆ ਦੇ ਕੰਮ ਦੇ ਕਾਰਨ ਦੱਸਦੇ ਹਨ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਅਖਵਾਉਂਦੇ ਹਨ ਜਿਵੇਂ ਕਿਉਂਕਿ ਤਾਂ ਜੋ ਇਸ ਕਰਕੇ ਤਾਂ ਹੀ ਤੇ ਸੋ ਆਦਿ ਉਦਾਹਰਨ ਮੈਂ ਸਕੂਲ ਨਹੀਂ ਗਈ ਕਿਉਂਕਿ ਮੈਂ ਬਿਮਾਰ ਹਾਂ ਨਿਸ਼ਚੇਵਾਚਕ ક્રિયા విశੇਸ਼ਣ ਉਹ ਕਿਰਿਆ ਵਿਸ਼ੇਸ਼ਣ ਜੋ ਕਿਸੇ ਕਿਰਿਆ ਦੇ ਹੋਣ ਦਾ ਨਿਸ਼ਚੇ ਜਾਂ ਪੱਕਿਆਈ ਲਈ ਵਰਤੇ ਜਾਣ ਉਹਨਾਂ ਨੂੰ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਹੀ ਵੀ ਜ਼ਰੂਰ ਬਿਲਕੁਲ ਆਦਿ ਉਦਾਹਰਨ ਮੈਨੂੰ ਇਹ ਰੰਗ ਬਿਲਕੁਲ ਪਸੰਦ ਨਹੀਂ ਹੋਰ ਐਜੂਕੇਸ਼ਨਲ ਵੀਡੀਓ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ